हेलो फ्रेंड, सारे नूं सत श्री अकाल। मेरे वालों स्वागत है थोड़ा बब्बी दी वैजीटेरियन किचन दे विच। अज आपां तुहानूं गुड़ ते शक्कर गुड़ ते खंड वाला परौंठा बना के दिखावांगे। शक्कर लई है मैं, खंड लई आ एक चमचा वड्डा, इहनूं मैं थोड़ा जिहा पी लिया आ। आपां इहदा परौंठा बनावांगे। एक तुहानूं लूण वाला अजवैन पा के परौंठा बना के दिखावांगे। जिहड़ा डो आ उह आपां जिद्दां आलूआं वाला बणाया सी सॉफ्ट डो, इदां डो रेडी करना। सॉफ्ट होना चाहिए डो थोड़ा। हुण आपां तुहानूं परौंठा बना के दिखाउंदे हां। आपां परौंठे लई घिओ यूज कर लगे हैं, तुसीं जे तेल यूज करना तो वह भी कर सकते हैं ना। पहलों आपां लूण वाला बनाउंदे आ। आखो इदां वेल के इहदे च आपां लावांगे घिओ थल्ले। घिओ ना इस लाउणा पै रिहा, परौंठा बहुत सोहणा आउंदा है। थोड़ी जी आपां पावांगे इहदे च अजवैन, नाले आपां लूण। ਇਹਦਾ ਹੁਣ ਆਪਾਂ ਤਾਂ ਫੋਲਡ ਕਰ ਦੇਣਾ ਹੈ। ਘੇਰਾ ਹੱਥ ਲਾ ਕੇ ਇੱਧਰ ਵੀ ਕਰ ਦੇਣਾ ਹੈ। ਨਾਈਸ ਫੋਲਡ ਕਰਕੇ ਲੋ ਹੀਟ 'ਤੇ ਰੱਖਣਾ ਹੈ, ਬਾਹਲੀ ਤੇਜ਼ ਨਹੀਂ ਕਰਨੀ। ਹੁਣ ਆਪਾਂ ਵੇਲ ਕੇ ਤੁਹਾਨੂੰ ਇਹਦੇ 'ਚ ਪਾ ਕੇ ਦਿਖਾਉਂਦੇ ਹਾਂ। ਆਪਾਂ ਤਵੇ ਥੱਲੇ ਗੈਸ ਔਨ ਕਰ ਦਿੱਤਾ, ਇਹਨੂੰ ਆਪਾਂ ਵੇਲ ਕੇ ਹੁਣ ਪਰੌਂਠਾ ਬਣਾ ਕੇ ਦਿਖਾਉਂਦੇ ਤੁਹਾਨੂੰ ਆਪਾਂ। ਨਾਈਸ ਪਰੌਂਠਾ ਬਣ ਜਾਣਾ। ਲੋ ਹੀਟ 'ਤੇ ਰੱਖਣਾ ਹੈ, ਤੇਜ਼ ਨਹੀਂ ਗੈਸ ਕਰਨਾ। ਜਦ ਨੂੰ ਇਹ ਪਰੌਂਠਾ ਰੈਡੀ ਹੁੰਦਾ ਆ, ਆਪਾਂ ਜਦ ਨੂੰ ਦੂਸਰਾ ਖੰਡ ਵਾਲਾ ਵੀ ਰੈਡੀ ਕਰ ਲਈਏ। ਇਹਦੇ ਪਾਸਾ ਚੇਂਜ ਕਰੀਏ। ਹੁਣ ਇਹਨੂੰ ਆਪਾਂ ਘਿਓ ਲਾ ਦੇਣਾ। ਤੁਸੀਂ ਜੇ ਤੇਲ ਯੂਜ ਕਰਦੇ ਤੇਲ ਕਰ ਸਕਦੇ, ਪਰ ਮੈਂ ਇਹਨੂੰ ਘਿਓ ਲੱਗੀ ਯੂਜ਼ ਕਰ। ਸੋਹਣੀ ਮੱਠੀ ਸਲੋ ਹੀਟ 'ਤੇ ਫਿਰ ਇਹਨੂੰ ਬਣਾਉਣਾ ਪਰੌਂਠੇ ਨੂੰ। ਆਪਾਂ ਖੰਡ ਵਾਲੇ ਵੀ ਰੈਡੀ ਕਰ ਲਈਏ। ਆਟਾ ਡੋ ਵੀ ਤੁਹਾਡਾ ਐਨ ਸੌਫਟ ਹੋਣਾ ਚਾਹੀਦਾ ਹੈ। ਇਹਦੇ ਥੱਲੇ ਵੀ ਲਾ ਲਈਏ ਘਿਓ ਆਪਾਂ। ਤੁਸੀਂ ਸ਼ੂਗਰ ਵੱਧ ਘੱਟ ਵੀ ਕਰ ਸਕਦੇ ਹੋ। ਇਹ ਵੀ ਥੱਲਦੀ ਆਪਾਂ ਲੁੱਕ ਪਰੌਂਠਾ ਖੁੱਲ ਗਿਆ ਆਪਣਾ, ਬਿਨਾਂ ਉਹਨੂੰ ਹੱਥ ਲਾਇਆ ਤੇ। ਹੁਣ ਇਹਨੂੰ ਆਪਾਂ ਮੱਠੀ ਮੱਠੀ ਅੱਗੇ ਐਨ ਸੇਕ ਲੈਣਾ। ਆਪਣਾ ਲੂਣ ਵਾਲਾ ਪਰੌਂਠਾ ਰੈਡੀ ਹੋ ਗਿਆ। ਇਹ 'ਚ ਆਪਾਂ ਸ਼ੱਕਰ ਪਾਉਣੀ ਆ। ਪਹਿਲਾਂ ਸ਼ੱਕਰ ਵਾਲਾ ਬਣਾ ਲਈਏ। ਦੋ ਚਮਚੇ ਮੈਂ ਸ਼ੱਕਰ ਪਾਈ ਇਹਦੇ 'ਚ। ਇਹਨੂੰ ਨਾਈਸ ਸਿੱਧਾ ਕਰ ਲੈਣਾ ਹੈ। ਡਲੀਆਂ ਜਿਹੜੀਆਂ ਇਹਦੀਆਂ ਐਨ ਪੀ ਲੈਣੀਆਂ ਵਿੱਚ। ਇਹਨੂੰ ਵੀ ਕਰ ਲਈਏ ਆਪਾਂ। ਪਰੌਂਠਾ ਹੋ ਗਿਆ ਰੈਡੀ। ਇਹਨੂੰ ਵੀ ਨਾਈਸ ਫੋਲਡ ਕਰਨਾ ਹੈ, ਜਿਹੜਾ ਖੁੱਲ੍ਹੇ ਨਾ। ਆਪਣਾ ਸ਼ੱਕਰ ਵਾਲਾ ਪਰੌਂਠਾ ਵੀ ਬਣਾਉਣ ਲੱਗੇ ਆਪਾਂ। ਇਹਨੂੰ ਵੀ ਥੱਲ ਹੀ ਗਿਆ, ਨਾਈਸ ਸੇਕ ਲੱਗ ਗਿਆ ਇਹਨੂੰ ਵੀ। ਸਲੋ ਸਲੋ ਹੀਟ 'ਤੇ ਨਾਈਸ ਪਰੌਂਠਾ ਬਣਦਾ ਸੀ। ਇੱਦਾਂ ਇਹਨੂੰ ਕਰ ਲੈਣਾ ਹੈ, ਜਿਹੜਾ ਸ਼ੱਕਰ ਵਾਲਾ ਪਾਇਆ ਆਪਾਂ। ਨਾਈਸ ਸੇਕ ਲੱਗਦਾ ਹੈ ਪਰੌਂਠੇ ਨੂੰ। ਇਹਨੂੰ ਆਪਾਂ ਕੱਢ ਲਈਏ ਪਲੇਟ 'ਚ। ਫਿਰ ਆਪਾਂ ਦੂਸਰਾ ਪਰੌਂਠਾ ਪਾ ਗਏ ਇਹਦੇ 'ਤੇ। ਇਹਦਾ ਤਾਂ ਨਾਈਸ ਸੇਕ ਲੱਗ ਗਿਆ ਨਾ ਪਰੌਂਠਾ। ਹੁਣ ਆਪਾਂ ਸ਼ੱਕਰ ਵਾਲਾ ਪਰੌਂਠਾ ਪਾ ਦੇਈਏ ਤੇ ਹਲਕੀ ਦੇ। ਇਹਨੂੰ ਵੀ ਨਾਈਸ ਸੇਕ ਲੱਗਣ ਦੇਈਏ ਆਪਾਂ। ਅਤੇ ਆਪਾਂ ਖੰਡ ਵਾਲਾ ਪਰੌਂਠਾ ਰੈਡੀ ਕਰ ਲਈਏ। ਨਾਈਸ ਕਰਕੇ ਇਹਨੂੰ ਦੇਣ ਕੇ ਵਿੱਚ ਆਪਾਂ ਖੰਡ ਪੀ ਕੇ ਪਾਉਣੇ ਹਾਂ। ਤੁਸੀਂ ਜੇ ਬਰੀਕ ਹੈ ਤਾਂ ਖੰਡ ਉੱਦਾਂ ਵੀ ਪਾ ਸਕਦੇ ਹੋ, ਪਰ ਮੈਂ ਉਹਦੀ ਬੁਰਾ ਖੰਡ ਬਣਾ ਲਈ ਹੈ ਅਤੇ ਨਿਕਲੂਗੀ ਇਹਨੂੰ ਵਿੱਚੋਂ।
ਲੁੱਕ ਆਪਣੀ ਸ਼ੱਕਰ ਕਿੱਦਾਂ ਰਿੱਝਦੀ ਵਿੱਚ ਸੌਫਟ ਸੌਫਟ ਪਰੌਂਠਾ ਬਣੂਗਾ ਸ਼ੱਕਰ ਵਾਲਾ। ਇਹਨੂੰ ਆਪਾਂ ਘੀ ਲਾ ਦੇਈਏ, ਬਣਾ ਕੇ ਦੇਖਿਓ ਨਾਲੇ ਬੱਚਿਆਂ ਲਈ ਵੀ ਬਣਾ ਕੇ ਲਾਈਕ ਕਰਨਾ, ਉਹਨਾਂ ਨੂੰ ਘੱਟ ਗੈਸ 'ਤੇ ਬਣਾਉਣਾ ਹੈ। ਸ਼ੱਕਰ ਨਹੀਂ ਹੈਗੀ, ਤੁਸੀਂ ਗੁੜ ਨੂੰ ਵੀ ਐਨ ਪੀ ਕੇ ਸਵਾਰ ਕੇ ਸੇਕ ਕੇ ਕਰ ਸਕਦੇ ਹੋ, ਕਿੰਨਾ ਸੋਹਣਾ ਲੁੱਕ ਹੁੰਦਾ ਹੈਗਾ। ਪਰ ਖੰਡ ਵਾਲੇ ਵੀ ਰੈਡੀ ਕਰ ਲਈਏ, ਇਹਨੂੰ ਥੱਲੇ ਦੀ ਸੇਮ ਪਰੌਂਠਾ ਲਈ ਦੇ ਕੇ ਬੁਲਾਉਣਾ ਹੈ, ਅੱਧਾ ਚਮਚਾ ਥੱਲੇ ਘਿਓ ਲਾ ਕੇ ਉੱਤੇ ਆਪਾਂ ਖੰਡ ਪਾ ਦੇਵਾਂਗੇ, ਦੋ ਚਮਚੇ ਖੰਡ ਦੇ ਪਾ ਦੇਣੇ ਸੈਂਟਰ 'ਚ ਕਰਕੇ। ਡਲੀ ਨਹੀਂ ਕੋਈ ਹੋਣੀ ਚਾਹੀਦੀ, ਜੇ ਡਲੀ ਹੋਊਗੀ ਤਾਂ ਫਿਰ ਉਹ ਉੱਥੋਂ ਫਟੀ ਜਾਣਾ। ਫੋਲਡ ਕਰ ਦੇਣਾ ਨਾਈਸ ਇਹਨੂੰ, ਇੱਧਰੋਂ ਵੀ ਕਰ ਦੇਣਾ ਆਪਾਂ ਫੋਲਡ, ਕੋਲਾ ਕੋਲਾ ਫੋਲਡ ਕਰਤਾ ਆਪਾਂ ਜਾਂਦੇ ਹਾਂ। ਦੇਖ ਲਈਏ ਪਰੌਂਠਾ ਬਣ ਗਿਆ ਆਪਣਾ, ਸ਼ੱਕਰ ਵਾਲਾ ਵੀ ਰੈਡੀ ਹੋ ਗਿਆ, ਖੰਡ ਵਾਲਾ ਵੀ ਆਪਾਂ ਰੈਡੀ ਕਰ ਦੇਣਾ। ਹੁਣ ਇਹਨੂੰ ਗਰਮ ਗਰਮ ਖਾਣਾ ਹੈ, ਜੇ ਠੰਡਾ ਹੋ ਗਿਆ ਫਿਰ ਇਹ ਆਕੜ ਜਾਂਦਾ ਠੰਡਾ ਹੋਇਆ। ਗਰਮ ਗਰਮ ਪਰੌਂਠਾ ਖਾਓ ਸ਼ੱਕਰ ਵਾਲਾ, ਇਹਨੂੰ ਇੱਧਰੋਂ ਸੇਕ ਲੱਗਣ ਦੀ ਜੀ ਇਹਨੂੰ। ਇਹਨੂੰ ਆਪਾਂ ਖੰਡ ਵਾਲਾ ਵੀ ਰੈਡੀ ਕਰ ਲਈਏ ਨਾਲੇ, ਸੇਮ ਇੱਦਾਂ ਘੁੱਟ ਦੇਣਾ ਫਿਰ ਸਾਰੇ ਖੰਡ ਜਿਹੜੀ ਹੈ ਸਾਰੇ ਚੱਲ ਜਾਣਗੇ ਘੁੰਮਦਿਆਂ ਜੀ। ਇਹਨੂੰ ਵੀ ਨਾਲੇ ਸੇਕ ਲੱਗ ਗਿਆ, ਹੁਣ ਆਪਾਂ ਇਹਨੂੰ ਵੀ ਲਾ ਕੇ ਰੱਖ ਲਈਏ। ਹੁਣ ਆਪਾਂ ਖੰਡ ਵਾਲਾ ਰੈਡੀ ਕਰੀਏ, ਸਾਈਡ ਚੇਂਜ ਕਰ ਦਈਏ ਇਹਦੀ ਵੀ ਆਪਾਂ ਖੰਡ ਵਾਲੇ ਦੀ ਵੀ, ਐਨ ਨਾਈਸ ਘੁੱਟ ਦੇਣਾ ਖੁੱਲ੍ਹੇ ਨਾ ਪਰੌਂਠਾ, ਭੋਰਾ ਨਹੀਂ ਜੀ, ਕੋਈ ਖੰਡ ਵੀ ਨਹੀਂ ਅਤੇ ਆਪਣੀ ਸ਼ੱਕਰ ਵੀ ਨਹੀਂ ਪੂਰੀ ਜੀ ਖੁੱਲ੍ਹੀ। ਨਾਈਸ ਘਿਓ ਲਾ ਕੇ ਇਹਨੂੰ ਛੱਲ ਦੇਣਾ, ਲੋ ਸਲੋ ਗੈਸ 'ਤੇ ਬਣਾਉਣੇ ਆ, ਅਤੇ ਤੁਹਾਡੀ ਮਰਜ਼ੀ ਤੁਸੀਂ ਘੇ ਤੇਲ ਘੇ ਜੋ ਯੂਜ ਕਰਨਾ ਕਰ ਸਕਦੇ ਹੋ। ਆਪਾਂ ਦੇਸੀ ਘੇ ਦੇ ਬਣਾਏ ਆ, ਇੱਕ ਖੰਡ ਵਾਲਾ ਪਰੌਂਠਾ ਵੀ ਆਪਣਾ ਐਨ ਫੁੱਲ ਗਿਆ, ਵੈਰੀ ਨਾਈਸ। ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰ ਦਈਓ, ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਈਓ। ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਸੇਕ ਲਵਾ ਲਈਏ, ਫਿਰ ਆਪਾਂ ਤੁਹਾਨੂੰ ਪਲੇਟ 'ਚ ਪਾ ਕੇ ਫਿਰ ਤੁਹਾਨੂੰ ਦਿਖਾਉਂਦੇ ਖੰਡ ਵਾਲਾ ਪਰੌਂਠਾ, ਗੁੜ ਵਾਲਾ ਪਰੌਂਠਾ ਅਤੇ ਜਵੈਣ ਵਾਲਾ। ਖੰਡ ਵਾਲੇ ਨੂੰ ਵੀ ਸੇਕ ਲੱਗ ਗਿਆ ਹੈ ਨਾ, ਲੁੱਕ ਕਿੰਨਾ ਸੋਹਣਾ ਕਲਰ ਆਇਆ ਦਾ। ਹੁਣ ਆਪਾਂ ਤੁਹਾਨੂੰ ਪਲੇਟ 'ਚ ਪਾ ਕੇ ਦਿਖਾਉਂਦੇ ਹਾਂ। ਲਓ ਜੀ ਆਪਣੇ ਤਿੰਨੇ ਪਰੌਂਠੇ ਰੈਡੀ ਹੋ ਗਏ, ਆ ਹੋ ਗਿਆ ਖੰਡ ਵਾਲਾ, ਆ ਹੋ ਗਿਆ ਲੂਣ ਵਾਲਾ, ਆ ਹੋ ਗਿਆ ਸ਼ੱਕਰ ਵਾਲਾ। ਲੁੱਕ ਵੈਰੀ ਨਾਈਸ ਸ਼ੱਕਰ ਵਾਲਾ ਪਰੌਂਠਾ, ਤੁਸੀਂ ਬਣਾ ਕੇ ਦੇਖਿਓ ਫਿਰ ਮੈਨੂੰ ਦੱਸਿਓ ਕਿੱਦਾਂ ਦੇ ਬਣੇ ਤੁਹਾਡੇ ਪਰੌਂਠੇ। ਵੀਡੀਓ ਦੇਖਣ ਦਾ ਥੈਂਕ ਯੂ ਵੈਰੀ ਮੱਚ।